भाग देव परमेश्वर कोट फलां दर्शन गुर डीठे तरण गगन नव खंड मह ज्योत सवा रूपी रहो पर पान मथरा कश भेद नहीं गुर अर्जन पर तख हर सतनाम श्री वाहे गुरु साहिब जीओ सूही महला पांजवा सिमरत वेद पुराण पुकारन पोथिया नाम बिना सब कूड़ गाली होशिया सिमरत वेद पुराण पुकारन पोथिया नाम बिना सब कूड़ गाली होशिया नाम निदान अपार भक्ता मन वसै जन्म मरण मोह दुख साधु संग नसै रहाओ मोहे बाद अहंकार सर पर रुनिया सुख ना पायन मूल नाम वेशुनिया मेरी मेरी तार बंधन बंधिया नरक सुरग अवतार माया धंधिया सोदत सोदत सोद तत विचारिया नाम बिना सुख नाहे सर पर हारिया आवहे जाहे अनेक मर मर जन्म ते बिन बूझे सब वाद जोनी भरम ते जिनको भय दयाल तिन साधु संग भया अमृत हर का नाम तिनी जनी जप लया खोज है कोट असंख बहुत अनंत के जिस बुझाए आप नेड़ा तिस है विसर नाही दातार अपना नाम देहो गुण गावा दिन रात नानक चाओ एहो विसर नाही दातार अपना नाम देहो गावा दिन रात नानक चाओ ए हो वाहिगुरु जी की फतेह पद पावन भक्त वशल कृपा निधान मेरा वे खजाने ज्योति स्वरूप गरीब नवाज पातशाह जुग जुग अटल जबर छतर तख दे मालक दीना बंधु करुणा निधान सबद अवतार गुरु तक गद्दी दे सिंघासन ते सुभायमान सतगुरु श्री गुरु ग्रंथ साहिब महाराज सचे पातशाह जी दी पावन पवित्र हजूरी विच जुड़ बैठी गुरु रूप खालसा साध संगत जी अकाल पुरख वाहिगुरु जी दी महाकृपालता होई है अमृत वेले सतगुरु सचे पातशाह जी ने दर्शन बख्शे हन महाराज दी हजूरी विच वाहिगुरु मंत्र दे जाप होए पंज बाणियां दे नितनेम उपरंत आसा जी दी वार दे कीर्तन गुरु सवारियां तों आप जी ने सरवण कीते लाह प्राप्त कीता है
ਅੰਮ੍ਰਿਤ ਵੇਲੇ ਦੇ ਹੁਕਮਨਾਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਕਿਰਪਾ ਕੀਤੀ ਹੈ। ਗੁਰੂ ਘਰ ਦੀ ਰੋਜ਼ ਦੀ ਮਰਿਆਦਾ ਅਨੁਸਾਰ ਕੁਝ ਸਮੇਂ ਵਾਸਤੇ ਆਓ ਮਹਾਰਾਜ ਜੀ ਦੇ ਆਏ ਹੋਏ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸੂਹੀ ਰਾਗਣੀ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਨਾਮ ਦੀ ਮਹਾਨਤਾ ਸ਼ਬਦ ਦੀ ਪ੍ਰਾਰੰਭਤਾ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤੀ ਹੈ। ਸਾਰਾ ਸ਼ਬਦ ਸਾਧ ਸੰਗਤ ਜੀ ਨਾਮ ਦੇ ਹੀ ਪ੍ਰਥਾਏ, ਤੁਸੀਂ ਸਮਝ ਲਓ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਸਦਾਈ ਸਿਮਰਦੀਆਂ ਚਾਰ ਵੇਦ, 18 ਪੁਰਾਣ ਤੇ ਹੋਰ ਜਿੰਨੇ ਵੀ ਧਰਮ ਦੇ ਗ੍ਰੰਥ ਨੇ, ਜਿੰਨੀਆਂ ਪੋਥੀਆਂ ਹਨ, ਇੱਕੋ ਹੀ ਗੱਲ ਪੁਕਾਰ ਪੁਕਾਰ ਕੇ ਕਹਿੰਦੇ ਹਨ। ਕਿਹੜੀ ਗੱਲ ਕਹਿੰਦੇ ਹਨ? ਅਗਲੀ ਪੰਕਤੀ ਵਿੱਚ ਸੁਣੋ ਜੀ। ਨਾਮ ਬਿਨਾਂ ਸਭ ਕੂੜ ਗਾਲੀ ਹੋਸ਼ੀਆਂ। ਨਾਮ ਤੋਂ ਬਿਨਾਂ ਕਹਿੰਦੇ ਨੇ ਸਭ ਝੂਠ ਹੀ ਹੈ, ਤੇ ਬਾਕੀ ਨਾਮ ਨੂੰ ਛੱਡ ਕੇ ਜਿੰਨੀਆਂ ਗੱਲਾਂ ਕਰਨੀਆਂ, ਭਾਵੇਂ ਵਾਕਾਂ ਦੀਆਂ ਕਿੰਨੀਆਂ ਚਿਤਰਾਈਆਂ ਉਹਨਾਂ ਵਿੱਚ ਵਰਤੀਆਂ ਜਾਣ, ਕਹਿੰਦੇ ਨੇ ਸਭ ਹੋਸ਼ੀਆਂ ਗੱਲਾਂ ਨੇ। ਨਾਮ ਤੋਂ ਬਿਨਾਂ ਸਭ ਝੂਠ ਹੈ, ਕੂੜ ਹੈ। ਬਹੁ ਸ਼ਾਸਤਰ ਬਹੁ ਸਿਮਰਤੀ ਪੇਕੇ ਸਰਬ ਢੰਡੋਰ, ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ। ਮਹਾਰਾਜ ਕਹਿੰਦੇ ਨੇ ਸਭ ਸ਼ਾਸਤਰ ਸਭ ਧਰਮ ਗ੍ਰੰਥ ਇੱਕੋ ਹੀ ਵਚਨ ਕਥਨ ਕਰਦੇ ਆ, ਨਾਮ ਦੀ ਬਰਾਬਰ ਕੋਈ ਚੀਜ਼ ਪੁੱਜ ਨਹੀਂ ਸਕਦੀ। ਨਾਮ ਦੀ ਮਹਾਨਤਾ ਸਾਰਿਆਂ ਤੋਂ ਉੱਪਰ ਹੈ। ਜਪ ਤਪ ਜੇਤੇ ਸਭ ਹੀ ਉੱਪਰ ਨਾਮ, ਸਭ ਜਪਾ ਤਪਾ ਨਾਲ ਉੱਪਰ ਪਰਮਾਤਮਾ ਦਾ ਨਾਮ ਹੀ ਹੈ। ਭਾਈ ਗੁਰਦਾਸ ਜੀ ਨੇ ਬਚਨ ਕੀਤੇ ਨੇ ਨਾਮ ਦੀ ਪ੍ਰਥਾਏ, ਉਹ ਕਹਿੰਦੇ ਜੈਸੇ 68 ਤੀਰਥ ਪਰਸ ਕੀ ਉਹ ਯੁਗ ਚਾਰ ਚੜੇ ਉਹ ਕੈਲਾਸ ਰਹੇ ਹੋ, ਜੈਸੇ ਲਾਖ ਬਾਰ ਕੁਰਸ਼ੇਤਰ ਮੇ ਅਸਮੇਧ ਜਗ ਅਭੰਗ ਠਹਿਓ, ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈਸੰਤਰ ਮੈਂ ਤਨ ਦਾਹ ਦਿਓ। ਕੁਝ ਪ੍ਰਮਾਣ ਦਿੱਤੇ ਸਤਸੰਗ ਜੀ ਧਰਮ ਦੇ ਕੰਮਾਂ ਦੇ ਭਾਈ ਗੁਰਦਾਸ ਜੀ ਨੇ। ਉਹ ਕਹਿੰਦੇ ਨੇ ਜਿਸ ਤਰ੍ਹਾਂ ਕੋਈ ਭਾਵੇਂ 68 ਤੀਰਥਾਂ ਤੇ ਇਸ਼ਨਾਨ ਕਰ ਆਵੇ, ਚਾਰ ਯੁਗ ਕੈਲਾਸ਼ ਪਰਬਤ ਉੱਤੇ ਬਰਫੀਲੀਆਂ ਗੁਫਾਵਾਂ ਵਿੱਚ ਚੌਂਗੜਾ ਮਾਰ ਕੇ ਬੈਠਾ ਰਹੇ, ਲੱਖਾਂ ਵਾਰ ਕੁਰਸ਼ੇਤਰ ਵਿੱਚ ਜਾ ਕੇ ਅਸਮੇਧ ਜਗ ਕੀਤੇ ਹੋਣ ਤੇ ਅਭਾਂਗੀ ਕੀਤੇ ਹੋਣ, ਕਿਸੇ ਨੇ ਉਹਨਾਂ ਵਿੱਚ ਭੰਗੜਾ ਵੀ ਨਾ ਪਾਈ ਹੋਵੇ, ਕਰੋੜਾਂ ਸਾਲ ਕਹਿੰਦੇ ਨੇ ਪੁੱਠਾ ਲਟਕ ਕੇ ਸਿਰ ਥੱਲੇ ਨੂੰ ਪੈਰ ਉੱਪਰ ਨੂੰ ਕਰਕੇ ਕਿਸੇ ਨੇ ਤਪ ਕੀਤਾ ਹੋਵੇ, ਲੱਖਾਂ ਵਾਰ ਕਿਸੇ ਨੇ ਧੂਣੀਆਂ ਤਪਾਈਆਂ ਹੋਣ ਗਰਮੀਆਂ ਦੇ ਦਿਨਾਂ ਵਿੱਚ, ਹੁਣੇ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਨ ਏਕ ਨਾਮ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜੀ ਪਰਮੇਸ਼ਰ ਦੇ ਨਾਮ ਦੀ ਮਹਾਨਤਾ ਇਹਨਾਂ ਸਾਰੇ ਕਰਮਾਂ ਨਾਲੋਂ ਉੱਪਰ ਹੈ, ਇੱਕ ਵਾਰ ਹੀ ਵਾਹਿਗੁਰੂ ਕਹੇ ਦਾ ਮਹਾਤਮ ਇਹਨਾਂ ਸਾਰੇ ਕਰਮਾਂ ਨਾਲੋਂ ਵੱਧ ਹੈ। ਜੈਸੇ 68 ਤੀਰਥ ਪਰਸ ਕੀ ਉਹ ਯੁਗ ਚਾਰ ਜਿਹੜੇ ਉਹ ਕੈਲਾਸ਼ ਰਹਿਓ, ਜੈਸੇ ਲਾਖ ਬਾਰ ਕੁਰਸ਼ੇਤਰ ਮੇ ਅਸਮੇਧ ਜਗ ਅਭੰਗ ਠਹਿਓ, ਜੈਸੇ ਕੋਟ ਬਰਸ ਤਪ ਉਰਧ ਮੁਖੀ ਬੈਸੰਤਰ ਮੈਂ ਤਨ ਦਾਹ ਦਿਓ, ਹੁਣੇ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਸਾਰੇ ਕਰਮਾਂ ਨਾਲ ਉੱਤੇ ਸਤਸੰਗ ਜੀ ਪਰਮੇਸ਼ਰ ਦਾ ਨਾਮ ਹੈ। ਇੱਕ ਵਾਰ ਆਖਿਆ ਜੀ ਤਾਂ ਹੈਰਾਨੀ ਹੋਵੇਗੀ ਵੀ ਕੋਈ ਦੁਨੀਆਂ ਤੇ ਐਸਾ ਬੰਦਾ ਨਹੀਂ ਜਿਹਨੇ ਇੱਕ ਵਾਰ ਪਰਮੇਸ਼ਰ ਦਾ ਨਾਮ ਨਾ ਲਿਆ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਵਾਰ ਕਿਹਾ ਜੀ ਕਈ ਵਾਰ ਤੇ ਇੱਕ ਧਰਮ ਦੇ ਕੰਮਾਂ ਨਾਲੋਂ ਸ਼੍ਰੋਮਣੀ ਹੈ, ਸ੍ਰੇਸ਼ਟ ਹੈ। ਪਰ ਉਹ ਜਿਹੜਾ ਇੱਕ ਵਾਰ ਦਾ ਕਹਿਣਾ ਸਤਸੰਗਤ ਜੀ ਤਾਰ ਤੇ ਇੱਕ ਵਾਰ ਦਾ ਕਿਹਾ ਹੀ ਦਿੰਦਾ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਸਾਥੀ ਬਚਨ ਭਾਈ ਗੁਰਦਾਸ ਜੀ ਨੇ ਆਖੇ, ਪਰ ਘੜੀ ਮੁੜੀ ਕਹਿਣ ਦਿਆਂ ਕਹਿੰਦਿਆਂ 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 ਸਤਸੰਗਤ ਜੀ ਉਹ ਇੱਕ ਵਾਰ ਵਿੱਚੋਂ ਐਸਾ ਆ ਜਾਵੇਗਾ ਜਦੋਂ ਮਨ ਦੇ ਸਾਰੇ ਦਵੰਦ ਵਾਦ ਰੁਕ ਜਾਣਗੇ, ਸੰਕਲਪ ਵਿਕਲਪ ਫੁਰਨੇ ਇੱਕਦਮ ਰੁਕ ਗਏ, ਇੱਕ ਵਾਰ ਦਾ ਕਿਹਾ ਸਤਸੰਗਤ ਜੀ ਬੇੜੇ ਪਾਰ ਕਰ ਦੇਵੇਗਾ। ਪਰ ਜਦੋਂ ਮਨ ਦੀ ਪੂਰਨ ਰੂਪ ਵਿੱਚ ਇਕਾਗਰਤਾ ਹੋਈ ਹੋਵੇ, ਕਲਗੀਧਰ ਪਾਤਸ਼ਾਹ ਜੀ ਦੇ ਬਚਨ ਉਹ ਕਹਿੰਦੇ ਨੇ ਏਕ ਚਿੱਤ ਜੇ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਜ ਨਾ ਆਇਓ, ਇੱਕ ਛਿਨੀ ਪਰ ਨਾਲ ਇੱਕ ਚਿੱਤ ਦੀ ਸ਼ਰਤ ਵੀ ਲਾਈਏ, ਏਕ ਚਿੱਤ ਜੇ ਇੱਕ ਛਿਨ, ਚਿੱਤ ਦੀ ਬਿਲਕੁਲ ਇਕਾਗਰਤਾ ਜਿੱਥੇ ਹੋਈ ਹੋਵੇ, ਕੋਈ ਸੰਕਲਪ ਨਾ ਚਿੱਤ ਉਠਾ ਰਿਹਾ ਹੋਵੇ, ਸਭ ਵਿਕਲਪ ਰੁਕੇ ਹੋਣ, ਜੁੜ ਕੇ ਉਸ ਪਰਮੇਸ਼ਰ ਵਿੱਚ ਸਤਸੰਗਤ ਜੀ ਇੱਕ ਵਾਰ ਹੀ ਵਾਹਿਗੁਰੂ ਕਹਿ ਦਿੱਤਾ ਤੇ 68 ਤੀਰਥਾਂ ਦੇ ਇਸ਼ਨਾਨ
चार युग दी बर्फीले पर्वतां उत्ते चढ़ के कीती तपस्या, लखां वार कुरुक्षेत्र दी धरती ते कीती असमेत जग, करोड़ां साल पुठे लटक के कीती बंदगी ते धूनियां तपाइयां नाल ओह इक वार दा क्या वाहिगुरु किते अगे है, इन्नी नाम दी महानता बाकी सारे कर्मां नाल, क्योंकि नाम विद्वान कहते ने प्रथम युग में तप को तापे सदा विपासा सह कर सोए, पंचानबन तापे जल पैठे बरखा सह नगन तन होए, एक चरण पर ठाडे हो ते उर्द बाहु किते करंत, कै लटकट है उल्टे पग कर चाहे प्रसन्न होए भगवंत, सो तप फालिया करी काल में सात संगत सेवन करी अंत, जल धोवन अर लकड़ी लियावन करन बीजनो प्राप स्मरण। ये सारा कुछ हम सेवा कीतियां ते परमेश्वर दा सिमरन कीतियां ही प्राप्त हो जांदा, जिन्ना ये जफर जागना पैंदा सी पहले युगां विच, धूनियां तपाउणियां जल तारे करने पुठे लड़कना एक पैर दे भार खलोना देह नूं दुख देना, कहिंदे ने इन्हां सारे कर्मां नालों परमेश्वर दे नाम दी महानता ज्यादी है। ते फिर सारे धार्मिक ग्रंथ कहिंदे बहु शास्त्र बहु सिमरति वेखे सर्ब टंडोल, कहिंदे देखण तों बाद ये वचन कीता, देखण तो बाद पूज सनाही हर हरे नानक नाम अमोल, कहिंदे ने हरि दे नाम दे बराबर कुछ नहीं पुजदा, नाम बिना सब कूड़ गाली होशियां, नाम नूं छड्ड के जिन्नियां गल्लां करनियां नाम तो बिना सब कहिंदे झूठी है, ओ सारियां गल्लां होशियां हन जी। नाम निदान अपार भगता मन वसै, ये जेड़ा नाम दा खजाना साध संग जी परमेश्वर दा पारावार नहीं पैंदा, ओहदे नाम दा खजाना भगतां दे नाम मन विच वसदा, सुखमणि सुख अमृत प्राप नाम भगत जना के मन बसरा, सुख देने वाला जेड़ा परमेश्वर दा नाम है इहदा वासा किथे है, भगतां दे मन विच, ये नाम भगतां दे मन दा आसरा बनिया हुंदा, ਉਹਨਾਂ ਦੇ ਮਨ ਵਿੱਚ ਇਸ ਨਾਮ ਦਾ ਨਿਵਾਸ ਹੈ ਟਿਕਾਣਾ ਹੈ। ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ, ਜਨਮ ਮਰਨ ਦਾ ਸਾਧ ਸੰਗ ਜੀ ਜਿਹੜਾ ਦੁੱਖ ਹੈ ਨਾ, ਮੋਹ ਕਰਕੇ ਜਨਮ ਮਰਨਾ ਹੈ, ਤੇ ਫਿਰ ਜਨਮ ਤੇ ਮੌਤ ਦਾ ਜਿਹੜਾ ਦੁੱਖ ਹੈ ਕਹਿੰਦੇ ਸਾਧ ਸੰਗਤ ਕੀਤਿਆਂ ਨਸ ਜਾਂਦਾ, ਜਨਮ ਤੇ ਮੌਤ ਦਾ ਦੁੱਖ ਬਹੁਤ ਭਿਆਨਕ ਹੈ, ये सारा सत संगत करके चलिया जाएगा, रहाओ विश्राम दे के पंजवें पातशाह कृपा करते हैं। मोहे बाद अहंकार सर पर रुनिया, मोहे बाद अहंकार सर पर रुनिया, सर पर हुंदा जरूरी अतिशय करके, कोई रुकावट ना जिस विच पवे, रुनिया हुंदा रोना, हजूर दे बचनों कहिंदे ने मोहे बाद अहंकार, मोह विच फसे हुए ਬਾਦੀ ਲੋਕ ਝਗੜੇ ਕਰਨ ਵਾਲੇ ਬਹਿਸਾਂ ਕਰਨ ਵਾਲੇ ਤੇ ਹੰਕਾਰੀ, ਇਹਨਾਂ ਨੂੰ ਜਰੂਰ ਹੀ ਰੋਣਾ ਪਵੇਗਾ, ਕਿਉਂਕਿ ਮੋਹ ਵਿੱਚ ਫਸਿਆ ਬੰਦਾ ਪਾਪ ਕਰਦਾ ਤੇ ਹੰਕਾਰੀ ਜਿਹੜਾ ਸਾਧ ਸੰਗਤ ਜੀ ਉਹ ਰੱਬ ਨੂੰ ਗੁਰੂ ਨੂੰ ਮੰਨ ਕੇ ਰਾਜੀ ਨੇ, ਇਸੇ ਲਈ ਬਹਿਸਾਂ ਕਰਦਾ ਵੀ ਰੱਬ ਹੈ ਹੀ ਨਹੀਂ ਕਿਤੇ, ਕਿੱਥੇ ਤੇਰਾ ਰੱਬ ਦਿਖਾਲ, ਐਵੇਂ ਰਹਿਣ ਪੈ ਗਿਆ, ਕੋਈ ਲੋੜ ਹੀ ਨਹੀਂ ਹੈ ਕਿਸੇ ਧਰਮ ਕਰਮ ਦੀ। ਹਜ਼ੂਰ ਦੇ ਬਚਨ ਕਹਿੰਦੇ ਨੇ ਮੋਹ ਵਿੱਚ ਫਸੇ ਹੰਕਾਰੀ ਲੋਕ ਬਾਦੀ ਲੋਕ ਝਗੜੇ ਕਰਨ ਵਾਲੇ ਰੱਬ ਦੇ ਨਾਂ ਤੇ ਬਹਿਸਾਂ ਕਰਨ ਵਾਲੇ ਵੀ ਹੈ ਨੀ, ਉਹਦੀ ਹੋਂਦ ਨਹੀਂ, ਸਰ ਪਰ ਰੁਨੇ ਆ, ਇਹਨਾਂ ਨੂੰ ਜਰੂਰ ਹੀ ਰੋਣਾ ਪਵੇਗਾ। ਸੁਖ ਨਾ ਪਾਇਨ ਮੂਲ ਨਾਮ ਵਿਛੁਨਿਆ, ਨਾਮ ਤੋਂ ਵਿਛੜ ਕੇ ਸਾਧ ਸੰਗਤ ਜੀ ਮੂਲ ਦੇ ਸਮਾਤਰ ਵੀ ਸੁਖ ਨੀ ਜੇ ਮਿਲਦਾ, ਸੁਖ ਨਾ ਪਾਇਨ ਮੂਲ, ਮੂਲ ਮਤਲਬ ਥੋੜਾ ਜਿੰਨਾ ਵੀ ਨੀ, ਨਾਮ ਵਿਛੁਨਿਆ ਨਾਮ ਤੋਂ ਵਿਛੜਿਆ ਹੋਇਆ ਨੂੰ ਤੇ ਲੇ ਸਮਾਤਰ ਵੀ ਸੁਖ ਨਹੀਂ, ਭਾਵੇਂ ਸੁਖ ਸਾਧ ਸੰਗਤ ਜੀ ਬੰਦਾ ਮੰਨਦਾ ਦੁਨਿਆਵੀ ਪਦਾਰਥਾਂ ਚ ਮਾਣ ਵਡਿਆਈ ਮਿਲੇ ਤੇ ਬੰਦਾ ਇਹਦਾ ਮਨ ਸੁਖ ਮੰਨਦਾ, ਮਾਇਆ ਮਿਲ ਜਾਏ ਸੁਖ ਮੰਨਦਾ, ਉੱਚਾ ਅਹੁਦਾ ਮਿਲ ਜਾਏ ਸੁਖ ਮੰਨਦਾ, ਪੁੱਤਰ ਨਾ ਹੋਵੇ ਪੁੱਤਰ ਮਿਲ ਜਾਏ ਸੁਖ ਮੰਨਦਾ, ਪਰ ਇਹਨਾਂ ਗੱਲਾਂ ਵਿੱਚ ਸੁਖ ਹੈ ਨਹੀਂ, ਸਿਰਫ ਮਨ ਦਾ ਮੰਨਣਾ ਹੀ ਹੈ ਸੁਖ, ਉਵੇਂ ਮਹਾਰਾਜ ਦੇ ਬਚਨੋਂ ਕਹਿੰਦੇ ਨੇ ਸੁਖ ਨਾ ਹੀ ਬਹੁਤਾ ਧਨ ਖਾਟੇ, ਜੇ ਭਲਾ ਬਹੁਤਾ ਧਨ ਖੱਟਿਆ ਸੁਖ ਹੁੰਦਾ ਹੋਵੇ ਤੇ ਫਿਰ ਸਾਧ ਸੰਗਤ ਜੀ ਜਿਹੜੇ ਅਮੀਰ ਲੋਕ ਨੇ ਉਹਨਾਂ ਚੋਂ ਕੋਈ ਦੁਖੀ ਨਾ ਦਿਸੇ, ਪਰ ਹਜ਼ੂਰ ਕਹਿੰਦੇ ਨੇ ਨਾਨਕ ਦੁਖੀ ਆ ਸਭ ਸੰਸਾਰ, ਪਾਗਲਖਾਨਿਆਂ ਵਿੱਚ ਦੇਖੋ ਬਹੁਤੇ ਸਾਧ ਸੰਗਤ ਜੀ ਪਾਗਲ ਅਮੀਰ ਲੋਕ ਹੀ ਨੇ, ਕੁਦਰਤੀ ਗੱਲ, ਗਰੀਬਾਂ ਦੀ ਉੱਥੇ ਘੱਟ ਹੈ ਗੱਲ, ਇਹ ਨਹੀਂ ਭਾਈ ਇਹ ਮੈਂਟਲੀ ਅਪਸੈਟ ਜਿਹੜੇ ਹੋਏ ਸਾਧ ਸੰਗਤ ਜੀ ਇਹਨਾਂ ਦਾ ਕੋਈ ਪੈਸੇ ਕਰਕੇ ਵਿਰੋਧ ਕੀਤਾ ਰੱਬ ਨੇ,
ये कुदरत का बनाया असूल है जिदे को बहुत ही है। महाराज कहते चिंता बहुत ही, चिंता ही साध संगत जी बंदे अपसैट करती है। जिस ग्रह बहुत तिस ग्रह चिंता, जिस ग्रह थोड़ी सुफरे प्रमंता, दूब अवस्था तेजो लिपता सोई, दूब अवस्था तेजो मुक्ता। कहते ने इन्हों दो तो ही जिदे को बहुत है उन्होंने साध संगत जी चिंता बहुत ही है, जिदे को नहीं वह बहुत ही करने वास्ते भरम का फिरता रात दिन। जो दुख व्यवस्था से जो मुक्त है सोई सुहेला भाली है। महाराज कहते इन्हों दो अवस्था तो जो मुक्त है ना, जिदे को थोड़ी है पर बहुती करन की चिंता नहीं करता, जिदे को बहुती है वह चिंता च नहीं फसया, वह सुखी है। बहुती वाला भी नहीं सुखी, थोड़ी वाला भी नहीं सुखी। जिथे नाम की गल कहते नाम तो विछड़िया तो सुख है ही नहीं। बंदा बंदा मानता भी जे बहुत ही माया हो खौरे सुख बहुता हो जाएगा, पर हजूर कहते सुख ना ही बहुत धन खाटे, सुख ना ही पेख नृत नाटे, सुख ना ही बहुत देश कमाए, सर्व सुखा हर हर नाए। बहुते धन दे अंबार कठे कीतिया सुख नहीं है पंजे पातशाह दे बचन, ना बहुते रंग तमाशे नाटक चेटक वेख्या ही सुख है। सुख असल विच सब संगत जी परमात्मा दे नाम विच है। डिठा सब संसार सुख ना नाम बिन, तन तन होसी शार। कहिंदे ने शरीर समेत सब तन ते नाश होने वाला है, इस करके जिन्हें सदा का सुख है लैणा उन्हूं नाम विचों ही मिलेगा। सारा संसार महाराज जी कहिंदे असीं देख के गल कीती है भई नाम तो बिना सुख कितने, डिठा सब संसार सुख ना नाम बिन, तन तन होसे शार जाने कोई जान। पर कहते कोई विरला इस गल नूं जानदा कि सुख परमात्मा दे नाम विच ही है। मेरी मेरी धार बंधन बंधिया, कहते मेरी मेरी साध संगत जी बंदे नूं बंधना च पा दिंदी, मेरी माया मेरे गुण मेरे पदार्थ मेरा घर मेरा परिवार बस ये मेरी मेरी का जेड़ा साध संगत जी बिरती मेरी वाली बन गई ते कहिंदे ने बंधना च आप ही फस गया। मेरी मेरी वाली बिरती नूं जवां ने अपने बंधन च बंध लैणा है। नरक सुरग अवतार माया धंधिया, माया विच धंधिया विच फसे हुए वास्ते साध संगत जी कदे नरक कदे स्वर्ग इन्हां विच उतारा उहदा हुंदा ही रहेगा। पाप कीते नरकां नूं चले गया, चार पुन कर ले स्वर्गां नूं चले गया, फिर इत्थे ही ये गेड मुकना नहीं, नरक सुरग दे गेड़े लगते ही रहणगे। सोदत 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 अत विचारिया, हजूर कहिंदे ने भाई शास्त्रां वेदां दी चंगी तरह घोख करके सोध के विचों एक असीं तत कढ़िया विचार करके, उह तत की है मोह बाद अहंकार सर पर रुने आ। हंकारियां नूं मोह विच फसियां नूं विकारां च फसियां नूं जरूर ही रोना पवेगा। नाम तो विछड़िया वास्ते सुख किते भी नहीं। ये तत साध संगत जी महाराज कहिंदे ने असीं सारे शास्त्रां दा सारे वेदां दा सारे धार्मिक ग्रंथां दा चंगी तरह सोध करके ते फिर तत कढ़िया उह तत तुहानूं दसदे आं, क्योंकि बंदे दे अंदरों हंकार ना जावे ते बंधना च ही है, मोह ना जावे बंधना विच, फिर बंधना विच पाया भी अपने आप नूं आप हंकार करके मोह करके। कबीर साहब कहिंदे ने आपस को दीर्घ कर माने और इनको लग मात, मनसा बाचा करमना मैं देखे दो जग जात। अपने आप नूं वड्डा समझे ते दूजिआं नूं साध संगत जी किसे गिणती च ही ना लियावे। आपस को दीर्घ कर माने और इनको लग मात, दूजिआं नूं लगा मात्रा ही समझे, अपने आप नूं साध संगत जी वड्डा जाने सारिआं नालों। कहिंदे मनसा बाचा करमना, मन करके वचन करके करमा करके मैं देखे दो जग जात। नरकां नूं जांदे कबीर साहब कहिंदे मैं देखे आ, उह कहिंदे असीं मन करके वचन करके करमा करके गल तुहानूं कहिंदे आ। मन करके वचन करके करमा करके हंकार करन वाले जिहड़े आ उहनां नूं असीं नरकां नूं जांदे आ आप देखिआ। सोधत सोधत सोध तत विचारिआ, हुण कहिंदे सब धार्मिक ग्रंथां दा तत जिहड़ा उह विचार करके तुहानूं दसदे आ।
ਨਾਮ ਬਿਨਾ ਸੁਖ ਨਾਹੇ ਸਰ ਪਰ ਹਾਰਿਆ। ਨਾਮ ਤੋਂ ਬਿਨਾ ਕਹਿੰਦੇ ਸੁਖ ਨੀ ਗੁਰਮੁਖੋ, ਜਰੂਰ ਹੀ ਜੀਵਨ ਹਾਰ ਕੇ ਜਾਣਾ ਪਵੇਗਾ। ਸਰ ਪਰ ਦੇ ਅਰਥ ਬੇਨਤੀ ਕੀਤੀ ਪਹਿਲਾਂ ਜਰੂਰੀ, ਨਾਮ ਬਿਨਾ ਸੁਖ ਨਾਹੇ ਸਰ ਪਰ ਹਾਰਿਆ, ਬਿਨਾ ਨਾਮ ਜਪਣ ਤੋਂ ਸਾਧ ਸੰਗਤ ਜੀ ਸੁਖ ਨਹੀਂ, ਜਰੂਰ ਹੀ ਇਹ ਜਨਮ ਹਾਰ ਜਾਵੇਗਾ ਬੰਦਾ। ਜਨਮ ਦੀ ਬਾਜੀ ਜਿੱਤ ਕੇ ਨੀ ਜਾ ਸਕਦਾ ਜੇ ਨਾਮ ਨੀ ਜਪਿਆ। ਭਾਵੇਂ ਕਿੱਡਾ ਵੱਡਾ ਵਿਦਵਾਨ ਹੋਵੇ, ਫਿਲਾਸਫਰ ਹੋਵੇ, ਸਾਇੰਟਿਸਟ ਹੋਵੇ, ਵਕੀਲ ਹੋਵੇ, ਡਾਕਟਰ ਹੋਵੇ, ਕੋਈ ਵੀ ਐਸਾ ਸੰਗਤ ਜੀ ਉਹਦੇ ਕੋਲੇ ਪਦਵੀ, ਜੇ ਨਾਮ ਨਹੀਂ ਤੇ ਸਮਝ ਲਓ ਵੀ ਫਿਰ ਮਨੁੱਖਾ ਜਨਮ ਇਹ ਉਹਨੇ ਗਵਾ ਦਿੱਤਾ ਵਿਅਰਥੀ। ਵਿਦਵਾਨ ਕਹਿੰਦੇ ਨੇ ਦੋ ਦੋ ਪੜਤ ਪੜਤ ਪਾਉ ਥਾਕੇ, ਤਿੰਨ ਤਿੰਨ ਨਿਸਦਨ ਬਾਜਤ ਰਾਖੇ, ਨੌ ਨੌ ਪੜਤ ਪਏ ਅਤ ਪੰਡਿਤ, ਤੇਰਾਂ ਚੌਦਾਂ ਪਾਖੇ, ਗੱਗਾ ਬਿਹਾਰੀ ਤੱਤਾ ਕੰਨਾ, ਕੰਠ ਕਰੈ ਵਿਦ ਲੱਖ, ਇਤਨਾ ਪੰਡਿਤ ਹੋਏ ਜੇ ਬਾਲਮ, ਨਾਮ ਬਿਨਾ ਜਮ ਕਾ ਡੰਡ ਚੱਖ। ਕਿੰਨੀ ਵਿਦਿਆ ਵੀ ਹੋਵੇ ਇਹਦੇ ਕੋਲ, ਨਾਮ ਤੋਂ ਬਿਨਾਂ ਜਮਾਂ ਦਾ ਡੰਡਾ ਖਾਣਾ ਹੀ ਪਵੇਗਾ। ਵਿਦਵਾਨ ਦਾ ਵੀ ਛੁਟਕਾਰਾ ਨਹੀਂ ਬਿਨਾਂ ਨਾਮ ਜਪਣ ਤੋਂ। ਮਹਾਰਾਜ ਦੇ ਬਚਨ ਵਿਸਾਖ ਧੀਰਨ ਕੇ ਵਾਢੀਆ ਜਿਨ੍ਹਾਂ ਪ੍ਰੇਮ ਵਿਛੋਹ, ਹਰ ਸਾਜਨ ਪੁਰਖ ਵਿਸਾਰ ਗਿਆ ਲੱਗੀ ਮਾਇਆ ਤੋਂ। ਪਰਮੇਸ਼ਰ ਨੂੰ ਵਿਸਾਰ ਦਿੱਤਾ ਤੇ ਸਾਧ ਸੰਗਤ ਜੀ ਛਲ ਕਰਨ ਵਾਲੀ ਸਮਝ ਲਓ ਵੀ ਮਾਇਆ ਲੱਗੀ ਆ। ਮਾਇਆ ਲੱਗੀ ਤੇ ਸੁੱਖ ਨੀ ਨਿਕਲੇਗਾ, ਕਿਉਂਕਿ ਮਨ ਆਉਣਾ ਹੀ ਨੀ ਪਰਮਾਤਮਾ ਵਾਲੇ ਪਾਸੇ। ਰੱਬ ਦੇ ਨਾਮ ਨੂੰ ਵਿਸਾਰ ਕੇ ਹਜ਼ੂਰ ਕਹਿੰਦੇ ਨੇ ਜਰੂਰ ਹੀ ਇਹ ਜਨਮ ਹਾਰ ਜਾਵੇਗਾ ਬੰਦਾ। ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ, ਅਨੇਕਾਂ ਵਾਰ ਜਨਮ ਲੈਣਾ ਪਵੇਗਾ। ਜੰਮ ਪਿਆ ਮਰ ਗਿਆ, ਫਿਰ ਜੰਮ ਪਿਆ ਫਿਰ ਮਰ ਗਿਆ, ਇਉਂ ਹੀ ਆਉਣਾ ਜਾਣਾ ਬਣਿਆ ਰਹੇਗਾ। ਜੰਮੇ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਇਆ ਦੇਸ਼ ਲੰਮੇ। ਕਹਿੰਦੇ ਤੇ ਲੰਮੀ ਸਜ਼ਾ ਪੈ ਗਈ ਇਹਦੇ ਗੱਲ, ਜੰਮ ਪੈਂਦਾ ਮਰ ਜਾਂਦਾ, ਜੰਮ ਪੈਂਦਾ ਮਰ ਜਾਂਦਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਕਈ ਜਨਮ ਇਹ ਜਨਮ ਮਰਨ ਦੇ ਗੇੜ ਚ ਪਿਆ ਰਹੇਗਾ। ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ, ਬਿਨਾਂ ਆਪਣਾ ਆਪਾ ਬੁੱਝੇ ਤੋਂ ਸਾਧ ਸੰਗਤ ਜੀ ਇਹ ਝਗੜਾ ਹੀ ਹੈ ਨਿਰਾ। ਜੋਨੀ ਭਰਮ ਤੇ ਕਹਿੰਦੇ ਨੇ ਜੋਨੀਆਂ ਵਿਚ ਭਰਮਣਾ ਪਵੇਗਾ। ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ, ਕੁਮਾਰਾਂ ਨੇ ਸ਼ੰਕਾ ਨੀ ਛੱਡਿਆ। ਕਹਿੰਦੇ ਨੇ ਜੇ ਆਪਣੇ ਸਰੂਪ ਦਾ ਪਤਾ ਨਾ ਲੱਗਾ ਮਰਨ ਤੱਕ ਤੇ ਫਿਰ ਜੋਨੀਆਂ ਵਿਚ ਹੀ ਭਰਮਣਾ ਪਵੇਗਾ। ਆਪੋ ਆਪਣੇ ਵਿਚਾਰ ਮਤ ਸਾਰਿਆਂ ਦੀ ਆਪੋ ਆਪਣੀ ਹੁੰਦੀ, ਕੋਈ ਕਹਿੰਦਾ ਨਹੀਂ ਇਹ ਜੂਨਾਂ ਵਿਚ ਪੈਣਾ ਹੀ ਨੀ ਪੈਂਦਾ, ਐਵੇਂ ਡਰਾਵਾ ਹੀ ਦਿੱਤਾ ਮਹਾਰਾਜ ਨੇ। ਕਿਸੇ ਕਿਸੇ ਦੇ ਵਿਚਾਰ ਏਦਾਂ ਵੀ ਆਪਾਂ ਸੁਣ ਲੈਂਦੇ ਹਾਂ ਵੀ ਨਹੀਂ ਠੀਕ ਆ, ਜਿਹੜਾ ਬੰਦਾ ਉਹ ਬੰਦਾ ਹੀ ਆ, ਜਿਹੜਾ ਕੁੱਤਾ ਉਹ ਕੁੱਤਾ, ਜਿਹੜਾ ਬਿੱਲਾ ਉਹ ਬਿੱਲਾ, ਜਿਹੜਾ ਪੰਛੀ ਉਹ ਪੰਛੀ, ਜਿਹੜੇ ਕੀੜੇ ਮਕੌੜੇ ਉਹ ਕੀੜੇ ਮਕੌੜੇ, ਬੰਦਾ ਮਰੇਗਾ ਬੰਦਾ ਹੀ ਬਣੇਗਾ। ਪਰ ਏਦਾਂ ਹੈ ਨੀ, ਗੁਰਮਤਿ ਤਾਂ ਨੀ ਸਾਧ ਸੰਗਤ ਜੀ ਇਹ ਸਿਧਾਂਤ। ਮਹਾਰਾਜ ਕਹਿੰਦੇ ਨੇ ਬਿਨ ਬੁੱਝੇ ਸਭ ਵਾਦ ਜੋਨੀ ਭਰਮ ਤੇ, ਬੁੱਝਣਾ ਕਿੰਨੇ ਆ, ਨਾ ਪਸ਼ੂਆਂ ਨੇ ਨਾ ਪੰਛੀਆਂ ਨੇ ਨਾ ਕੀੜਿਆਂ ਮਕੌੜੇ ਨੇ, ਬੁੱਝ ਸਿਰਫ ਆਪਣੇ ਸਰੂਪ ਨੂੰ ਮਨੁੱਖਾ ਦੇਹ ਵਿੱਚ ਆਣ ਕੀ ਸਕਦਾ। ਇਨਸਾਨ ਨੇ ਹੀ ਆਪਣਾ ਅਸਲ ਸਰੂਪ ਬੁੱਝਣਾ ਸੀ, ਨਹੀਂ ਬੁੱਝਿਆ, ਮਹਾਰਾਜ ਕਹਿੰਦੇ ਜੋਨੀਆਂ ਚ ਭਰਮਣਾ ਪਵੇਗਾ, ਜਾਣਾ ਪਵੇਗਾ ਜੋਨੀਆਂ ਵਿੱਚ। ਅੰਤ ਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ, ਜੇ ਮਰਿਆ ਸਰਪ ਜੋਨ ਵਾਲ ਵਾਲੇ ਉਤਰੇ। ਉਹ ਲਕਸ਼ਮੀ ਦਾ ਸਿਮਰਨ ਕਰਦਾ ਕੌਣ ਹੈ, ਬੰਦਾ ਕਰਦਾ। ਲਕਸ਼ਮੀ ਦਾ ਸਿਮਰਨ ਕਰਦਾ ਕਰਦਾ ਮਰ ਗਿਆ ਤੇ ਮਹਾਰਾਜ ਕਹਿੰਦੇ ਸੱਪ ਦੀ ਜੋਨ ਚ ਚਲਿਆ ਜਾਵੇਗਾ, ਫਿਰ ਬੰਦਾ ਮਰ ਕੇ ਬੰਦਾ ਹੀ ਕਿਵੇਂ ਗੜੀ ਮੁੜੀ ਬਣ ਸਕਦਾ, ਕਦੇ ਨੀ। ਜੁਨੀਆਂ ਦੇ ਗੇੜੇ ਪੈਣ ਕੇ ਮਹਾਰਾਜ ਕਹਿੰਦੇ ਨੇ ਜੁਨੀਆਂ ਵਿਚ ਬਹੁਤ ਦੇਰ ਭਰਮਣਾ ਪਵੇਗਾ। ਜਿਨਕੋ ਭੈ ਦਿਆਲ ਤਿੰਨ ਸਾਧੂ ਸੰਗ ਭਇਆ, ਹਾਂ ਜਿਨ੍ਹਾਂ ਉੱਤੇ ਪਰਮੇਸ਼ਰ ਦਿਆਲੂ ਹੋ ਜੇ ਸਾਧ ਸੰਗਤ ਜੀ, ਉਹਨਾਂ ਨੂੰ ਸਾਧੂਆਂ ਦੀ ਸੰਗਤ ਬਖਸ਼ ਦਿੰਦਾ। ਸਾਧ ਸੰਗਤ ਕਰਨ ਦਾ ਉਦਮ ਹੀ ਉਸੇ ਨੂੰ ਦੇਵੇਗਾ ਜਿਸ ਉੱਤੇ ਉਹ ਦਿਆਲੂ ਹੋਵੇ। ਜੇ ਠਾਕੁਰ ਸੋ ਪ੍ਰਸੰਨ ਪਏ ਸਤ ਸੰਗਤ ਤੇ ਪਿਆਰ, ਸੰਗਤ ਨਾਲ ਪਿਆਰ ਹੀ ਉਸ ਬੰਦੇ ਦਾ ਆਉਂਦਾ ਜਿਸ ਉੱਤੇ ਰੱਬ ਦਿਆਲੂ ਹੈ। ਰੱਬ ਨੀ ਦਿਆਲੂ ਤੇ ਕੋਈ ਬੰਦਾ ਸੰਗਤ ਨਹੀਂ ਕਰ ਸਕਦਾ। ਪਰਮੇਸ਼ਰ ਦਿਆਲ ਹੋਇਆ ਕਹਿੰਦੇ ਸਾਧ ਸੰਗਤ ਬਖਸ਼ ਦੇਵੇਗਾ। ਉਹ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ, ਫਿਰ ਉਹ ਕੀ ਕਰਦੇ ਆ ਸਤ ਸੰਗੀ ਨੇ ਜਿਹੜੇ ਅੰਮ੍ਰਿਤ ਹਰ ਕਾ ਨਾਮ, ਪਰਮੇਸ਼ਰ ਦੇ ਨਾਮ ਨੂੰ ਅੰਮ੍ਰਿਤ ਵਰਗਾ ਜਾਣ ਕੇ ਤਿਨੀ ਜਨੀ ਜਪ ਲਿਆ, ਉਹਨਾਂ ਗੁਰਮੁਖਾਂ ਨੇ ਫਿਰ ਜਪ ਲਿਆ ਨਾਮ ਨੂੰ। ਸਤ ਸੰਗਤ ਕਰਕੇ ਨਾਮ ਦੀ ਮਹਾਨਤਾ ਦਾ ਪਤਾ ਲੱਗਾ, ਨਾਮ ਦੀ ਸਾਧ ਸੰਗਤ ਦੀ ਮਹਾਨਤਾ ਦਾ ਪਤਾ ਲੱਗਾ ਤੇ ਫਿਰ ਉਹਨਾਂ ਜਪਿਆ ਨਾਮ। ਉਹ ਜਪ ਲੈਂਦੇ ਆ ਸਤ ਸੰਗੀ ਬੰਦੇ ਨਾਮ ਜਪਦੇ ਫਿਰ, ਕਿਉਂਕਿ ਨਾਮ ਜਪਣ ਵਾਲੀ ਜਿਹੜੀ ਕਾਲ ਸਾਧ ਸੰਗਤ ਜੀ ਇਹ ਜਿਹੜੀ ਕਾਰ ਹੈ ਮੁਸ਼ਕਤ ਘਾਲਣੀ ਹੈ,
मशक्कत फिर ओही घाल सकदा जिन्हू नाम की महानता का पता हो नाम जपांगा तो प्राप्ति की होगी फल का पता हो फिर जरूर जपेगा। अमृत हर का नाम दिनी जनी जप लिया जिन्हां उत्ते परमेश्वर दयालु उन्हां नूं सत संगी बनाया जिहड़े सत संगी आ परमेश्वर दे नाम नूं अमृत जाण के जपदे हन फिर खोजहे कोट संख बहुत अनंत के कहिंदे ने करोड़ां लोक उस परमात्मा नूं जिहड़ा बेअंत है खोजदे हन जिस बुझाए आप नेड़ा तिस है पर जिस उत्ते महाराज कृपा करन साध संगत जी उन्हूं अपना आपा सोझ जांदा अपने निज सरूप का पता लग जांदा आत्मा नाल पछाण बन जांदी आत्मा परमात्मा एक रूप हो जांदे आ फिर समझ लो ओदे वास्ते रब नेड़े ही है फिर सब थावां ते उन्हूं परमात्मा ही दिसेगा। पर जिस नूं इस गल दी सोझ ही आ जावे जिस बजाए आप नेड़ा तिस है ओदे लई रब नेड़े है जिस नूं इस गल दी सोझ ही आ जावे भई परमात्मा दे नाम तों बिना बाकी सब गल्लां होशियां हन विसर नाही दातार अपना नाम देहो शब्द की समाप्ति ते हजूर कृपा करदे ने एक अरदास बेनती फिर जे नाम की इन्नी महानता फिर सानू महाराज के चरणा च जुड़ के एक अरदास ही करनी चाहिदी है वो अरदास केड़ी विसर नाही दातार अपना नाम देहो महाराज सानू विसरो ना रब ना विसरे कृपा करो अपना नाम देओ अपने दा विशेषण लगा जे महाराज अपना नाम देओ जिहड़ा तुहाडे नाल मिलाउण वाला होवे नाम कोई दुनियावी संसारी चीजां दा नहीं जिहड़ा तुहाडा अपना नाम है ना जिस नाम करके असीं तुहाडे च भेद हो सकते हैं वह देना क्योंकि नाम तो साहब संगत जी संसारी भी है हर हर वस्तु का कोई ना कोई नाम है वह नहीं चाहिए महाराज तुसीं अपना नाम दिओ परमेश्वर अगे बेनती है परमेश्वर का अपना नाम की है वाहिगुरु ये दिओ महाराज जी जिस करके सानू तुसीं भुलो ना अपने नाम का वासा साडे हिरदे च करवाओ जी गुण गावन दिन रात नानक चाओ एहो एक चा ही लगा रहे महाराज भाई दिने रात तुहाडे गुण गाउंदा रहा दिने रात मन जे मन च चा होवे तां सब संगत जी गुण भी तां गाए जांदे बदो रुदी नहीं बंदा गा सकदा किन्नी कु देर बदो बदी करेगा शरीर नाल मन नाल सब संगत जी इउं हट करके धक्केशा ही नहीं कीती जा सकती मन च चा होवे नाम फिर जपिया जा सकदा मन च चा आवे महाराज चा पैदा करो गुण गावा दिन रात दिन रात फिर चा नाल मैं तुहाडे गुण गावा नानक चा होवे हो ये चा मेरे मन च लगा रहे भई तुसी अपना नाम दिओ तुसी भुलो ना ते दिने रात फिर उस नाम नूं मैं जपा चा नाल जपा क्योंकि जे चा नाल जप तां लिया बद्दा चटी जो भरे ना गुण ना अपकार महाराज कहिंदे ने बद्दा रुद्दा जे थोड़ी देर साध संगत जी जपेगा भी तो मन ही नहीं टिकाने आना हजूर दे वचन कहिंदे नींद संतापिया काम व्यापिया मुखो हर हर कहावे सिर डिगी जांदा नींद ने जोर पाया हाथ च पर गुटका साहब है वह की नाम जपेगा मन च चा होवे तो फिर सावधानता नाल जपदा बंदा चा होवे तां महाराज चा पैदा करो ये अखीर ते साध संगत जी अरदास बेनती करन दा ढंग सतगुरु सच्चे पातशाह जी ने दसिया सतगुरु जी कृपा करन सारे शब्द विच साध संगत महाराज ने नाम की महानता दसी है भई सब कर्मा नालों श्रेष्ठ जिहड़ा कर्म है वह है नाम जपना सतगुरु जी रहमत करन वह नाम का किनका अपनी जोड़ी विच पाउणे अरदास बेनती नाल समाप्ति बहुत सारियां भुलां हुंदियां होईयां भुलां ते क्षमा बख्शो जी प्रेम नाल बुलाओ वाहिगुरु जी का खालसा।